ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਾ ਹੈ ਜੀ ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਪੀ ਐਨ ਬੀ ਬੈਂਕ ਦੇ ਵਿੱਚ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਜਾਰੀ ਕਰ ਦਿੱਤਾ ਗਿਆ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਵੈਕੈਂਸੀਸ ਦੇ ਲਈ ਸਿੰਪਲੀ ਤੁਸੀਂ ਟਾਈਪ ਕਰਨੇ ਚ ਮੀਤ ਅਕੈਡਮੀ .in ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਪੀਐਨਬੀ ਬੈਂਕ ਦੇ ਵੱਲੋਂ ਹੈ ਜਿਸ ਦੇ ਵਿੱਚ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਕੋਈ ਲਾਸਟ ਡੇਟ ਨਹੀਂ ਹੈ ਤੁਸੀਂ ਇਹਦੇ ਲਈ ਐਸ ਸੂਨ ਐਸ ਪੋਸੀਬਲ ਮਤਲਬ ਜਿੰਨੀ ਜਲਦੀ ਹੋ ਸਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਜਿਹੜੀ ਵੈਕੈਂਸੀ ਹੈ ਉਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਫੀ ਜਿਹੜੀ ਹੈ ਜੀ ਕਿਸੇ ਨੂੰ ਵੀ ਕੋਲੋਂ ਵੀ ਨਹੀਂ ਮੰਗੀ ਗਈ ਹੈ ਸੋ ਤੁਸੀਂ ਕੋਈ ਫੀ ਕਿਸੇ ਨੂੰ ਵੀ ਪੇ ਜਿਹੜੀ ਹੈ ਉਹ ਨਹੀਂ ਕਰਨੀ ਹੋਵੇਗੀ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਇਸ ਦੇ ਵਿੱਚ ਜਿਹੜੀਆਂ ਵੈਕੈਂਸੀਸ ਨੇ ਤਾਂ ਇਸ ਦੇ ਵਿੱਚ ਇੰਸ਼ੋਰੈਂਸ ਐਡਵਾਈਜ਼ਰ ਦੀਆਂ ਵੈਕੈਂਸੀਸ ਨੇ ਜਿਹੜੀਆਂ ਕਿ 올 ਓਵਰ ਪੰਜਾਬ 올 ਓਵਰ ਇੰਡੀਆ ਦੇ ਵਿੱਚ ਆਊਟ ਹੋ apply ਜਿਹੜਾ ਹੈ ਉਹ ਕਰਨਾ ਹੋਵੇਗਾ ਔਰ ਇਹ ਜਿਹੜੀਆਂ ਵੈਕੈਂਸੀਜ਼ ਹੈ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਠੀਕ ਹੈ ਜੀ ਇਹ ਵੈਕੈਂਸੀਜ਼ ਜਿਹੜੀਆਂ ਤੁਸੀਂ ਕਿਤੋਂ ਵੀ ਹੋ ਪੂਰੇ ਪੰਜਾਬ 'ਚ ਉਹਦੇ ਲਈ ਅਪਲਾਈ ਜਿਹੜਾ ਹੈ ਤੁਸੀਂ ਕਰ ਸਕਦੇ ਹੋ ਜੀ ਠੀਕ ਹੈ ਜੀ ਸੋ ਇਹਦੇ ਵਿੱਚ ਉਹ ਗੱਲ ਕਰੀਏ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨੇ ਉਹ एलिजिबल ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਠੀਕ ਹੈ ਜੀ ਔਰ ਇਸੇ ਦੇ ਨਾਲ ਇਸ ਦੇ ਵਿੱਚ ਕੋਈ ਲਿਮਿਟ ਨਹੀਂ ਹੈ ਤੁਸੀਂ ਪਾਰਟ ਟਾਈਮ ਫੁੱਲ ਟਾਈਮ ਦੋਨੋਂ ਤਰੀਕੇ ਨਾਲ ਜਿਹੜਾ ਹੈ ਜੀ ਉਹ ਕਰ ਸਕਦੇ ਹੋ ਮਤਲਬ ਕੰਮ ਕਰ ਸਕਦੇ ਹੋ ਇਸ ਦੇ ਵਿੱਚ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ 18 ਸਾਲ ਮਿਨੀਮਮ ਤੁਹਾਡੀ ਏਜ ਹੋਣੀ ਜ਼ਰੂਰੀ ਹੋਵੇਗੀ ਅਗਰ ਮਿਨੀਮਮ ਏਜ ਨਹੀਂ 18 ਸਾਲ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਨਹੀਂ ਕਰ ਸਕਦੇ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਸਿਲੈਕਸ਼ਨ ਪ੍ਰੋਸੈਸ ਦੀ ਤਾਂ ਇਸ ਦੇ ਵਿੱਚ ਇੰਟਰਵਿਊ ਬੇਸਿਸ ਤੇ ਤੁਹਾਡੀ ਸਿਲੈਕਸ਼ਨ ਜਿਹ ਸਾਡੇ ਕੋਲ ਤੁਹਾਡੇ ਬਾਰੇ ਪੁੱਛਿਆ ਜਾਏਗਾ ਅਗਰ ਤੁਹਾਨੂੰ ਕੋਈ ਕੰਮ ਆਉਂਦਾ ਹੈ ਜਾਂ ਕੋਈ ਐਕਸਪੀਰੀਅנס ਹੋ ਤੁਸੀਂ ਦੱਸ ਸਕਦੇ ਹੋ ਉਹ ਤੁਹਾਡੇ ਲਈ ਬੈਨੀਫੀਸ਼ੀਅਲ ਪਾਰਟ ਹੋਵੇਗਾ ਠੀਕ ਹੈ ਜੀ ਲੇਕਿਨ ਇਥੇ ਕੋਈ ਐਕਸਪੀਰੀਅנס ਨਹੀਂ ਮੰਗਿਆ ਗਿਆ ਇਸ ਦੇ ਵਿੱਚ ਤੁਹਾਨੂੰ ਲਿੰਕ ਇੱਥੇ ਦਿੱਤਾ ਹੈ ਜੀ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਜਾਵੋਗੇ ਜਿੱਦਾਂ ਕਲਿੱਕ ਕਰਦੇ ਹੋ ਤਾਂ ਇਹ ਜਿੱਦਾਂ ਤੁਸੀਂ ਕਲਿੱਕ ਕਰੋਗੇ ਇਹਦੀ ਵੈਬਸਾਈਟ ਤੇ ਪਹੁੰਚ ਜਾਵੋਗੇ ਸਿੱਧਾ ਠੀਕ ਹੈ ਜੀ ਪੀ ਐਨ ਬੀ ਮੈਟਲਾਈਫ ਦੇ ਉੱਤੇ ਸੋ ਇਸ ਦੀ ਵਜ੍ਹਾ ਨਾਲ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਜਿਹੜੀਆਂ ਇਹ ਵੈਕੈਂਸੀਸ ਨੇ ਇਸ ਦੇ ਵਿੱਚ ਅਪਲਾਈ ਨਾਊ ਟੂ ਬੀ ਐਨ ਏਜੰਟ ਤੇ ਤੁਸੀਂ ਜਿਹੜਾ ਜੀ ਉਹ ਕਲਿੱਕ ਕਰੋਗੇ ਤਾਂ ਨੀਚੇ ਤੁਹਾਡੇ ਕੋਲ ਇੱਕ ਫਾਰਮ ਜਿਹੜਾ ਹੈ ਜੀ ਓਪਨ ਹੋ ਜਾਵੇਗਾ ਜਿਹੜਾ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਔਰ ਇਸ ਦੇ ਵਿੱਚ ਉਹ ਫਾਰਮ ਨੂੰ ਤੁਹਾਨੂੰ ਜਿਹੜਾ ਹੈ ਉਹ ਫਿਲ ਕਰਨਾ ਸੋ ਜਿੱਦਾਂ ਇਹ ਕਲਿੱਕ ਕਰ ਦਿਆਂ ਇਹ ਵਾਲਾ ਫਾਰਮ ਓਪਨ ਹੋ ਜਾਏਗਾ ਤੁਸੀਂ ਆਪਣਾ ਨੇਮ ਠੀਕ ਹੈ ਜੀ ਬਾਕੀ ਡੀਟੇਲ ਭਰੋਗੇ ਤੇ ਜਿੱਥੇ ਆਪਣਾ ਮੋਬਾਈਲ ਨੰਬਰ ਉਹ ਭਰਨਾ ਹੈ ਜਿਹੜਾ ਕੋ ਕਿਸੇ ਬੈਂਕ ਦੇ ਵਿੱਚ ਰਜਿਸਟਰਡ ਨਹੀਂ ਹੈ ਇਸ ਚੀਜ਼ ਦਾ ਧਿਆਨ ਤੁਹਾਨੂੰ ਖੁਦ ਨੂੰ ਰੱਖਣਾ ਹੋਵੇਗਾ ਮੋਬਾਈਲ ਨੰਬਰ ਇੱਥੇ ਭਰਨਾ ਹੈ OTP ਜਿਹੜਾ ਤੁਹਾਡੇ ਨੰਬਰ ਤੇ ਆਵੇਗਾ ਉਹ ਭਰ ਦੇਣਾ ਲੇਕਿਨ ਮੈਂ ਫਿਰ ਕਹਿ ਰਿਹਾ ਜੀ ਇਹੋ ਜਿਹਾ ਮੋਬਾਈਲ ਨੰਬਰ ਦੇਣਾ ਜਿਹੜਾ ਕਿਸੇ ਬੈਂਕ ਅਕਾਊਂਟ ਤੇ ਰਜਿਸਟਰਡ ਨਹੀਂ ਹੈ ਜਾਂ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਫਰਾਡ ਨਾ ਹੋਵੇ ਠੀਕ ਹੈ ਜੀ ਸੇਫ ਸਾਈਡਡ ਲੈ ਕੇ ਚੱਲਦੇ ਆ ਇਹ ਨਹੀਂ ਕਿ ਫੇਕ ਹੈ ਇਹ ਵੈਬਸਾਈਟ ਲੇਕਿਨ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸੇਫ ਸਾਈਡਡ ਲੈ ਕੇ ਚੱਲੋ ਉਹੀ ਨੰਬਰ ਦੋ ਜਿਹੜਾ ਕਿਸੇ ਵੀ ਰਜਿਸਟਰਡ ਨਾ ਹੋਵੇ ਉਸ ਤੋਂ ਬਾਅ ਇਹੀ ਸਿਟੀ ਹੋਵੇਗੀ ਜਿਹੜੀ ਸਿਟੀ ਤੁਹਾਡੀ ਰਹਗੀ ਹੈ ਜੀ ਉਸ ਤੋਂ ਬਾਅਦ ਈਮੇਲ ਆਈਡੀ ਤੁਸੀਂ ਭਰੋਗੇ ਇੱਥੇ ਠੀਕ ਹੈ ਜੀ ਪਿੰਨ ਕੋਡ ਭਰੋਗੇ ਔਰ ਲਾਸਟ ਸਬਮਿਟ ਤੁਸੀਂ ਕਰ ਦੋਗੇ ਸਿੰਪਲੀ ਇਹੀ ਰੀਜ਼ਨ ਹੈ ਪੂਰਾ ਤੁਹਾਡਾ ਪ੍ਰੋਸੈਸ ਦਾ ਔਰ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰ ਲਿਓ ਲਿੰਕ ਸਾਰੇ ਡਿਸਕ੍ਰਿਪਸ਼ਨ 'ਚ ਦੇ ਦਵਾਂਗਾ ਚੈੱਕ ਕਰਕੇ ਅਪਲਾਈ ਕਰਿਓ ਫਿਰ ਵੀ ਕੋਈ ਡਾਊਟ ਹੋਏਗਾ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ